ਸਸਿਕਾਲ ਜੀ ਆ ਹੈਗਾ ਆਪਣਾ ਰੂਮ ਤੇ ਆ ਇਹਦੇ ਸਾਹਮਣੇ ਜਿਹੜਾ ਵਿਊ ਇਥੋਂ ਸ਼ੀਸ਼ੇ 'ਚੋਂ ਬਾਹਰ ਦਿਖਦਾ ਤੇ ਇਹ ਹੈਗੇ ਆ ਬਾਬਾ ਜੀ ਆਪਾਂ ਲੰਡਨ ਹੀਥਰੋ 에ਅਰਪੋਰਟ ਦੇ ਬਿਲਕੁਲ ਕੋਲ ਉਹ ਪਿਛੇ 에ਅਰਪੋਰਟ ਆ ਤੇ ਆ ਜਿੱਥੇ ਆਪਾਂ ਖੜੇ ਆ ਸਾਡੇ ਰੂਮ ਤੋਂ ਥੱਲੇ ਦਿਖ ਰਿਹਾ ਪੈਟਰੋਲ ਪੰਪ ਠੀਕ ਆ ਰਾਈਟ ਆ ਵੇਖੋ ਜਿਹੜਾ ਬਈ ਆ ਗੱਡੀ ਧੋ ਰਿਹਾ ਆ ਪੈਂਟ ਕੋਟ ਪਾਇਆ ਹੋਇਆ ਆਨੇ ਤੇ ਉੱਥੇ ਪੈਪਾਂ ਦੀਆਂ ਲਗੀਆਂ ਇੱਕ ਤੇ ਸ਼ੈਂਪੂ ਆਉਂਦਾ ਹੈ ਤੇ ਇੱਕ ਤੇ ਪਾਣੀ ਆਉਂਦਾ ਹੈ ਆਪ ਹੀ ਉਹਨੇ ਸ਼ੈਂਪੂ ਕੀਤਾ ਗੱਡੀ ਨੂੰ ਤੇ ਆਪ ਹੀ ਉਹਨਾਂ ਨੂੰ ਪਾਣੀ ਮਾਰ ਰਿਹਾ ਯੋਨਾ ਸ਼ੋਰਾਂ ਚ ਪੈਂਟ ਕੋਟ ਪਾਇਆ ਠੀਕ ਹੈ ਇੱਥੇ ਇਹ ਨਹੀਂ ਆ ਵੀ ਤੁਸੀਂ ਕਛਾਂ ਹੀ ਬਾਹੋਂ ਦੇਖੇ ਸਾਈਡ ਦੇ ਖਲੋਗੇ ਤੇ ਆਪੇ ਦੋ ਬੰਦੇ ਤੁਹਾਡੀ ਗੱਡੀ ਧੋ ਰਹੇ ਆ ਇੱਥੇ ਮਿਹਨਤ ਵੀ ਕਰਦੇ ਉਹ ਉੱਤੇ ਰੇਟ ਵੀ ਲਿਖ ਕੇ ਲਿਆ ਉਹਨਾਂ ਨੇ ਉਹ ਕਾਰਨਰ ਚ ਵੀ 4.99 ਪਾਉਂਡ ਲੱਗਣਗੇ ਤੁਹਾਨੂੰ ਪਾਣੀ ਯੂਜ਼ ਕਰਨ ਦੇ ਰਾਈਟ ਤੇ ਆ ਖਲੋਤੀ ਆ ਵਾਈਟ ਟੈਸਲਾ ਗੱਡੀ ਉਹ ਵੈਕਿਊਮ ਕਰ ਰਿਹਾ ਬਾਈ ਉੱਚ ਵੀ 2 ਪਾਉਂਡ ਉਹਨੇ ਲੈ ਕੇ ਲਿਆ ਵੇਖੋ ਵੀ 2 ਪਾਉਂਡ ਪਾਉਣੇ ਪੈਂਦੇ ਆ ਤੇ 2 ਪਾਉਂਡ ਦੇ ਨਾਲ ਕੋਈ ਉਹ ਦੀ ਲਿਮਟ ਆ 5 ਕੁ ਮਿੰਟ ਸ਼ਾਇਦ ਉਹ ਮਸ਼ੀਨ ਚੱਲਦੀ ਆ ਤੇ 5 ਮਿੰਟ ਦੇ ਅੰਦਰ ਅੰਦਰ ਤੁਸੀਂ ਆਪ ਦੀ ਜਿਹੜੀ ਇਹ ਕਲੀਨਿੰਗ ਕਰ ਲੋ ਉਹ ਵੀ ਓਨਰ ਆਪ ਹੀ ਆ ਗੱਡੀ ਦਾ ਜਿਹੜਾ ਬਾਈ ਲੱਗਾ ਹੋਇਆ ਤੇ ਆ ਗੱਡੀ ਲੱਗੀ ਆ ਇਧਰ ਪੈਟਰੋਲ ਪੰਪ ਤੇ ਹਨਾ ਜਿੰਨੀ ਮਰਜ਼ੀ ਮਹਿੰਗੀ ਗੱਡੀ ਆ ਜਿੰਦੀ ਮਰਜ਼ੀ ਵੱਡੀ ਗੱਡੀ ਹੋਵੇ ਤੇਲ ਤੁਹਾਨੂੰ ਜਿਹੜਾ ਉਹ ਆਪ ਹੀ ਉਤਰ ਕੇ ਥੱਲੇ ਪਾਉਣਾ ਪੈਣਾ ਆ ਤੇ ਪੈਸੇ ਘਟਵਾ ਕੇ ਆਉਣੇ ਪੈਣੇ ਆ ਦੁਕਾਨ ਦੇ ਅੰਦਰ ਜਾ ਕੇ ਰਾਈਟ ਤੇ ਉਹ ਸੜਕ ਦੇ ਪਿੱਛੇ ਤੁਸੀਂ ਡਿਸਪਲਿਨ ਦੇ ਸਾਰਾ ਵੇਹੀ ਰਹੇ ਆਂ ਪਿਆ ਕੰਟਰੋਲ ਚ ਹਰ ਚੀਜ਼ ਸਪੀਡ ਚ ਚੱਲ ਰਹੀ ਆ ਆਪਣੀ ਲਿਮਟ ਨਾਲ ਚੱਲ ਰਹੀ ਆ ਇੰਡੀਕੇਟਰ ਪ੍ਰੋਪਰ ਲੱਗ ਰਹੇ ਨੇ ਕੋਈ ਇੱਕ ਦੂਜੇ ਨੂੰ ਓਵਰਟੇਕ ਨਹੀਂ ਕਰ ਰਿਆ ਤੇ ਉਹ ਪਿੱਛੇ 에ਅਰਬੋਰਡ ਆ ਹਾਂ ਅਨਸ਼ਕਰ ਮੈਂ ਜ਼ੂਮ ਕਰਕੇ ਵੇਖ ਰਿਹਾ ਹਾਂ ਥੋੜਾ ਜਿਹਾ ਇਹ ਯਸ ਉਹ ਪਿੱਛੇ 에ਰਪੋਰਟ ਆ ਇਥਰੋ ਤੇ ਇਹ ਬਾਹਰ ਉਹਦਾ ਜਿਹੜਾ ਵਾ ਅਨ ਵਿਊ ਲੱਗੇ ਦਾ ਤਾਂ ਨਿਆਰੇ ਆ ਕਿ ਨਹੀਂ ਆ ਗਿਆ ਕੋਟਪੈਂਟ ਪਾਇਆ ਹਨੇਰੀ ਠਾਲੀ ਆਉਣ ਡਿਆ ਬਾਈ ਵੀ ਕੋਈ ਸ਼ਰਮ ਨਹੀਂ ਹੈਗੀ ਇੱਥੇ ਇਹ ਨਹੀਂ ਆ ਵੀ ਯਾਰ ਸਾਡੇ ਕੋਲ ਮਹਿੰਗੀ ਗੱਡੀ ਆ ਉਹ ਮਰਸਡੀਜ਼ ਆ ਜਿਹੜੀ ਧੋ ਰਿਆ ਆ ਤੇ ਉਹ ਕੋਈ ਪੁਰਾਣੋ ਦਾ ਮਾਡਲ ਆ ਜਿਹੜਾ ਪਿੱਛੇ ਆ ਕੇ ਖੜ ਗਿਆ ਆ ਟੈਸਲਾ ਟੈਸਲਾ ਚਲ ਗਈ ਏ ਸੌਰੀ ਆ ਤੇ ਗੱਡੀ ਹੁਣ ਆ ਕੇ ਰੋਗੀ ਐਥੇ ਕੋਈ ਟੋਇਟਾ ਦੀ ਆ ਟੈਸਲਾ ਨਿਕਲ ਗਈ ਬਸ ਇੰਨਾ ਕੀ ਸਮਾਂ ਸੀ ਉਹਦਕੂ ਜਿੰਨਾਂ ਨੂੰ ਹੁਣੇ ਬੁਖਾਰ ਆ ਰਿਹਾ ਸੀਗਾ ਕਿ ਉਹਨਾਂ ਕਾ ਟਾਈਮ ਮਸ਼ੀਨ ਚੱਲਦੀ ਹੁਣੇ ਵੇਂਦੇ ਆ ਵੇਂਦੇ ਆ ਇਹ ਵੀ ਨਿਕਲ ਜੂਗੀ ਤੇ ਪ੍ਰੋਪਰ ਮਾਹੌਲ ਬਣਿਆ ਪਿਆ ਘੈਂਟਲਾ ਸਾਰਾ ਕੁਝ ਆਪਣੀ ਆਪਣੀ ਥਾਂ ਤੇ ਆ ਹਨਾ ਕੁਝ ਵੀ ਇੱਧਰ ਉੱਧਰ ਨਹੀਂ ਕੋਈ ਇੱਥੇ ਖਿਲਾਰਾ ਨਹੀਂ ਪਿਆ ਹੋਇਆ ਕੁਝ ਨਹੀਂ ਹੈ ਸਫਾਈ ਹੋਈ ਹੈ ਘੈਂਟ ਸਿਰੇ ਵਾਲੀ ਤੇ ਬਸਾਂ ਤੇ ਬਹੁਤ ਸਫਰ ਕਰਦੇ ਇੱਥੇ ਲੋਕ ਮਤਲਬ ਹਰ ਕੋਨੇ 'ਚ ਮੈਨੂੰ ਲੱਗਦਾ ਇੱਥੇ ਬੱਸ ਜਾਂਦੀ ਆ ਉਸ ਤੋਂ ਬਾਅਦ ਮੈਟਰੋ ਜਾਂਦੀ ਆ ਤੇ ਆ ਜਿੰਨੀਆਂ ਗੱਡੀਆਂ ਆਪਾਂ ਵੇਖ ਰਹੇ ਆ ਸਾਰੀਆਂ ਘੁੰਮਣ ਵਾਲੀਆਂ ਗੱਡੀਆਂ ਨਾਲ ਚ ਬਹੁਤ ਘੱਟ ਆ ਜਦਾਂ ਦੋ ਗੱਡੀਆਂ ਖਲੋਤੀਆਂ ਆ ਉਹ ਪਿੱਛੇ ਗੱਡੀ ਜਾ ਰਹੀ ਆ ਉਦੋਂ ਪਿੱਛੇ ਉਹ ਦੋ ਗੱਡੀਆਂ ਜਾ ਰਹੀਆਂ ਆ ਇਹ ਵਰਕਿੰਗ ਗੱਡੀਆਂ ਆ ਜ਼ਿਆਦਾਤਰ ਇਨਾਂ ਦੇ ਕੋਲ ਆਪਣਾ ਟੂਲ ਵਿੱਚ ਹੁੰਦੇ ਆ ਇਹਨਾਂ ਦੇ ਕੁਝ ਟੈਕਸੀਆਂ ਨੇ ਕੁਝ ਆਪਣਾ ਜਿਹੜਾ ਬਿਲਡਿੰਗ ਲਾਈਨ ਦਾ ਜਿਵੇਂ ਕੰਮ ਕਰਦੇ ਆ ਬਾਈ ਉਹਨਾਂ ਦਾ ਅਬਦਾ ਸਮਾਨ ਵਿੱਚ ਰੱਖਦੇ ਆ ਉਹ ਕੈਰੀ ਕਰਦੇ ਆ ਤੇ ਮਤਲਬ ਕੰਮਕਾਰ ਵਾਲੇ ਆਲਮੋਸਟ ਇੱਥੇ ਕੰਮ ਵਾਲੇ ਹੀ ਆ ਕੋਈ ਕੇ ਕੋਈ ਨਾ ਸਮਾਂ ਨਹੀਂ ਹੈਗਾ ਕੋਈ ਵਿਹਲਾ ਨਹੀਂ ਹੈ ਗੈਂਦਾ ਮਤਲਬ ਬਹੁਤ ਬਿਜ਼ੀ ਲਾਈਫ ਹੈ ਇਹਨਾਂ ਦੀ ਬਿਜ਼ੀ ਆ ਬਹੁਤ ਭਜਨਸ ਇਹਨਾਂ ਦੀ ਲਾਈਫ ਦੇ ਵਿੱਚ ਇਸ ਸਵੇਰੇ ਉੱਠਦੇ ਇਹਦੇ ਤੁਰਦੇ ਬਹੁਤ ਤੇਜ਼ ਆ ਗੋਰਾ ਕੋਈ ਵੀ ਵੇਖੋਗਾ ਨਾ ਮਿੰਟੋ ਮਿੰਟ ਫਾਸਟ ਆਹ ਭੱਜ ਭੱਜ ਕੇ ਸੜਕ ਕ੍ਰੋਸ ਕਰ ਰਿਹਾ ਆਹ ਜਾਂਦਾ ਮਤਲਬ ਤੁਰਦੇ ਬਹੁਤ ਫਾਸਟ ਆਏ ਇਹਨਾਂ ਚ ਆਲਸ ਨਹੀਂ ਹੈਗਾ ਬਿਲਕੁਲ ਵੀ ਉੱਠਦੇ ਆ ਜੀ ਕਰਦੇ ਆ ਜੀ ਦੱਸਦੇ ਆ ਜੀ ਮਤਲਬ ਭੱਜ ਭੱਜ ਕੇ ਜਾਂਦੇ ਪਤਾ ਨਹੀਂ ਅਗਲੇ ਬੰਨੇ ਕੰਮ ਕੋਈ ਹੁੰਦਾ ਇਹਨਾਂ ਨੂੰ ਕਿ ਨਹੀਂ ਹੁੰਦਾ ਪਰ ਜਿੱਦਨ ਨੂੰ ਹੀ ਜਾਂਦੇ ਆ ਤੇਜ਼ ਤੇਜ਼ ਤੁਰ ਕੇ ਭੱਜ ਭੱਜ ਕੇ ਜਾਂਦੇ ਤੇ ਉਹ ਬੱਸ ਖਲੋਤੀਆਂ ਟਰੈਲਿਵਿਜ਼ਰੀਆਂ ਬੈਠੀਆਂ ਉੱਪਰ ਵੀ ਬੈਠੀਆਂ ਤੇ ਸਾਰੇ ਆਪਣੇ ਫੋਨਾਂ ਤੇ ਮਸਤ ਲੱਗੇ ਆ ਕੋਈ ਇੱਕ ਦੂਜੇ ਨਾਲ ਗੱਲਾਂ ਨਹੀਂ ਕਰ ਰਿਹਾ ਕੋਈ ਹਾਂ ਸਮਝਾ ਕੇ ਨਹੀਂ ਕਰ ਰਿਹਾ ਸ਼ਾਂਤ ਹੈ ਸ਼ਾਂਤ ਮਾਹੌਲ ਹੈ ਇੱਥੇ ਬਿਲਕੁਲ ਸ਼ਾਂਤ ਸ਼ਾਂਤੀਪੂਰਵਕ ਹੈ ਆ ਤੋ ਲੀਏ ਨੇ ਗੱਡੀ ਆ ਮੈਡਮੂਡ ਰੱਖ ਰਿਹਾ ਹੁਣ ਆਪਣੇ ਆਇਦਰ ਟੋਇਟਾ ਗੱਡੀ ਨਿਕਲ ਜੂਗੀ ਤੇ ਮਗਰ ਲਈ ਗੱਡੀ ਉਹ ਜਿਹੜੀ ਆ ਉਹ ਲੱਗ ਜੂਗੀ ਤੇ ਆਇਦਰ ਤੇਲ ਵਾਲੀਆਂ ਉੱਥੇ ਉੱਥੇ ਗੱਡੀਆਂ ਖਲੋਤੀਆਂ ਕੋਈ ਹਰ ਨਹੀਂ ਮਾਰਿਆ ਵੀ ਛਤੀ ਕੱਟੋ ਵੀ ਦਵਾ-ਦਵਾ ਤੁਹਾਡੇ ਮਗਰ ਅਹੀ ਵੀ ਉਹਦੀ ਮਰਜ਼ੀ ਤੇਲ ਪਵਾ ਕੇ ਭਾਵੇਂ 5 ਮਿੰਟ ਉਹਦੀ ਗੱਡੀ ਖਲੋਤੀ ਰਵੇ ਭਾਵੇਂ 4 ਮਿੰਟ ਭਾਵੇਂ 2 ਮਿੰਟ ਉਹ ਆਪਣੀ ਮਰਜ਼ੀ ਨਾਲ ਜਾਊਗਾ ਵੇਖੋ ਬਾਈ ਖਲੋਤਾ ਲਾਗੇ ਪੈਕ ਪੈ ਦੇ ਅੰਦਰ ਹੁਣ ਰਮਾਨਾ ਜਾਊਗਾ ਆ ਮਰਸਡੀ ਤੇ ਐਂਟਰੀ ਕੀਤੀ ਹੈ ਬਾਈ ਉਹਨਾਂ ਨੇ ਉਹਨੇ ਤੇਲ ਕੱਲਾ ਹੀ ਆ ਵਿੱਚ ਆਪ ਖਲੋ ਕੇ ਤੇਲ ਪਾਊਗਾ ਲੱਗਾ ਪਿਆ ਕਿ ਨਹੀਂ ਸਿਰਾਂ ਦੱਸੋ ਨਹੀਂ ਜਰੇ ਹੈ ਕਿ ਨਹੀਂ ਇਹ ਆ ਲੰਡਨ ਇਥੋਂ ਦਾ ਮਾਹੌਲ ਹੈ ਬਾਕੀ ਹੋਰ ਕਿਤੇ ਜਾਣੇ ਫਿਰ ਤੁਹਾਨੂੰ ਇਥੋਂ ਦਾ ਬਖਾਉਣਾ ਕੀ ਕੀ ਮਾਹੌਲ ਆ